ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਸਰਨਾ ਸਾਹਿਬ ਨੇ 28 ਅਕਟੂਬਰ ਡੇਟ ਕੱਢੀ ਸੀਗੀ, ਔਰ DSGMC ਦਾ ਜਿਹੜਾ ਓਰਿਜਨਲ ਪਲੈਨ ਸੀਗਾ ਉਹਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਿਤੇ ਨਗਰ ਕੀਰਤਨ ਦਾ ਜ਼ਿਕਰ ਨਹੀਂ ਸੀਗਾ। ਲੇਕਿਨ ਬਾਅਦ ਦੇ ਵਿੱਚ ਸਿਰਸਾ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਕਿ ਅਸੀਂ ਨਗਰ ਕੀਰਤਨ ਵੀ ਲਿਜਾ ਰਹੇ ਹਾਂ। ਪਹਿਲੀ ਡੇਟ 29 ਤਰੀਕ ਦਿੱਤੀ ਸੀ, ਫਿਰ ਸੇਮ 28 ਤਰੀਕ ਕਰ ਦਿੱਤੀ। ਮੈਂ ਅਪੀਲ ਕੀਤੀ ਕਿ ਇੱਕ ਦਿਨ 'ਚ ਦੋ ਨਗਰ ਕੀਰਤਨ ਨਹੀਂ ਹੋਣੇ ਚਾਹੀਦੇ, ਔਰ ਇਹਦੇ ਵਿੱਚ ਅਸੀਂ ਲੋਕਾਂ ਨੂੰ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਉਸ ਤੋਂ ਪਰੇ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਇਕੱਠ ਕੀਤਾ ਸੀ, ਆਪਾਂ ਇਕੱਠ ਨਾ ਕਰਕੇ ਇੱਕ ਦਿਨ ਨੂੰ ਹੀ ਦੋ ਗੁਰੂ ਗ੍ਰੰਥ ਸਾਹਿਬ ਲੈ ਕੇ ਅਸੀਂ ਨਿਕਲਾਂਗੇ ਸੜਕ ਦੇ ਉੱਤੇ, ਇਹਦਾ ਮੈਸੇਜ ਠੀਕ ਨਹੀਂ ਜਾਏਗਾ ਕਿ ਅਸੀਂ ਆਪਸ 'ਚ ਨਹੀਂ ਬੈਠ ਸਕਦੇ। ਮੈਂ ਸਮਝਦਾ ਸਾਡੀ ਸਿਆਸੀ ਲੜਾਈਆਂ ਹੋ ਸਕਦੀਆਂ ਨੇ, ਇਲੈਕਸ਼ਨਾਂ ਆਉਂਦੀਆਂ ਨੇ, ਅਸੀਂ ਜ਼ਰੂਰ ਲੜਾਂਗੇ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਵੀ ਲਾਉਂਦੇ ਹਾਂ, ਲੇਕਿਨ ਜਿੱਥੇ ਗੁਰੂ ਦਾ ਕੰਮ ਹੋਵੇ, ਅਸੀਂ ਇੱਕ ਨਿਸ਼ਾਨ ਨੂੰ ਮੰਨਦੇ ਹਾਂ, ਇੱਕ ਗ੍ਰੰਥ ਨੂੰ ਮੰਨਦੇ ਹਾਂ। ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਂਝੇ ਨੇ, ਅਤੇ ਮੈਂ ਸਮਝਦਾ ਕਿ ਸਾਨੂੰ ਇੱਕ ਨਗਰ ਕੀਰਤਨ ਕੱਢਣਾ ਚਾਹੀਦਾ ਹੁਣ, ਕਿਉਂਕਿ ਸਰਸਾ ਸਾਹਿਬ ਨੇ ਡੇਟ ਚੇਂਜ ਕਰ ਦਿੱਤੀ ਹੈ। ਸ਼ਾਇਦ ਲੋਕਾਂ ਦਾ ਪ੍ਰੈਸ਼ਰ ਵੀ ਹੋਵੇ, ਮੈਂ ਵੀ ਅਪੀਲ ਕੀਤੀ ਸੀ, ਲੇਕਿਨ ਇਸ ਤੋਂ ਅੱਛਾ ਹੋਏਗਾ ਜੇ ਦੋਵੇਂ ਰਲ ਕੇ ਇੱਕੋ ਨਗਰ ਕੀਰਤਨ ਕੱਢ ਲੈਣ, ਔਰ ਅਸੀਂ ਸਾਰੇ ਸ਼ਮੂਲੀਅਤ ਕਰੀਏ, ਉਹ ਇੱਕ ਮੈਸੇਜ ਦੇਗਾ ਲੋਕਾਂ ਦੇ ਵਿੱਚ। ਅੱਛਾ, ਦੇਖੋ ਖਾਲੀ ਇਹੀ ਨਹੀਂ ਹੈਗਾ, ਇੱਕ ਤਾਂ ਜਿਹੜੀ ਗੱਲ ਕਿ ਇਹ ਇੱਕ ਨਗਰ ਕੀਰਤਨ ਕੱਢਣਗੇ ਅਤੇ ਪੈਸੇ ਦੀ ਬੱਚਤ ਹੋਏਗੀ, ਉਹ ਪੈਸਾ ਪ੍ਰੋਡਕਟਿਵ ਕੰਮ ਦੇ ਵਿੱਚ ਯੂਜ਼ ਹੋਏਗਾ। ਸੁਨੇਹਾ ਨਗਰ ਕੀਰਤਨ ਨੇ ਜਿਹੜਾ ਦੇ ਕੇ ਜਾਣਾ ਸੜਕਾਂ 'ਤੇ, ਗਲੀ ਗਲੀ, ਸ਼ਹਿਰੋਂ ਸ਼ਹਿਰ, ਸਟੇਟਾਂ 'ਚ, ਦੂਜੇ ਦੇਸ਼ਾਂ ਦੇ ਵਿੱਚ, ਸਾਰਾ ਕੁਝ ਦਿੱਤਾ ਜਾਏਗਾ। ਲੇਕਿਨ ਮੈਂ ਇਸ ਤੋਂ ਅਗਲੀ ਗੱਲ ਦੀ ਗੱਲ ਕਰਦਾ ਵਾਂ ਕਿ ਸਰਨਾ ਸਾਹਿਬ ਨੇ ਉੱਥੋਂ ਦੀ ਮੈਨੂੰ ਦੱਸਿਆ ਸੀਗਾ ਕਿ ਮੈਂ ਕਰਤਾਰਪੁਰ ਸਾਹਿਬ ਦੇ ਪਾਲਕੀ ਸਾਹਿਬ ਦੇ ਸਾਈਜ਼ ਮੰਗਵਾਏ ਨੇ ਅਤੇ ਮੈਂ ਸੋਨੇ ਦੀ ਪਾਲਕੀ ਬਣਵਾ ਰਿਹਾ ਵਾਂ। ਹੁਣ ਮੈਂ ਪੜ੍ਹਿਆ ਅਖਬਾਰਾਂ 'ਚ ਕਿ ਸਰਸਾ ਸਾਹਿਬ ਨੇ ਵੀ ਅਨਾਊਂਸ ਕਰ ਦਿੱਤਾ ਕਿ ਮੈਂ ਵੀ ਸੋਨੇ ਦੀ ਪਾਲਕੀ ਲਿਜਾ ਰਿਹਾ। ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਚ ਸੋਨਾ ਜਾਂ ਸੰਗਮਰਮਰ ਕਿਤੇ ਆਉਂਦਾ ਨਹੀਂ ਸੀਗਾ, ਲੇਕਿਨ ਸਾਡੀ ਕੌਮ ਦੇ ਵਿੱਚ ਖੋੜ ਲੱਗ ਗਈ ਕਿ ਅਸੀਂ ਸੋਨਾ, ਅਸੀਂ ਸੰਗਮਰਮਰ, ਅਸੀਂ ਹਰ ਉਹ ਚੀਜ਼ ਲਗਾਉਣੀ ਸ਼ੁਰੂ ਕਰ ਦਿੱਤੀ ਜਿਹੜੀ ਸ਼ਾਇਦ ਮੈਂ ਸਮਝਦਾ ਕਿ ਉਹ ਪ੍ਰੋਡਕਟਿਵ ਨਹੀਂ ਹੈ, ਕਿਤੇ ਨਾ ਕਿਤੇ ਸ਼ਾਇਦ ਗੁਰੂਆਂ ਦੇ ਫਲਸਫੇ ਤੋਂ ਵੀ ਅਲੱਗ ਜਾਂਦੀ ਹੈ। ਲੇਕਿਨ ਚਲੋ, ਮੈਂ ਸਮਝਦਾ ਵਾਂ ਕਿ ਅਗਰ ਇਹ ਦੋਵੇਂ ਇਹੀ ਸਮਝਦੇ ਨੇ ਕਿ ਇਹ ਪਾਲਕੀ ਲੱਗਣੀ ਚਾਹੀਦੀ ਅਤੇ ਇੱਕੋ ਪਾਲਕੀ ਲਗਾ ਲੈਣ, ਉਹਦੇ ਵਿੱਚ ਵੀ ਕੌਮ ਦੀ ਬੱਚਤ ਹੋਏਗੀ। ਜਿੰਨੀ ਦੇਰ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਰਿਹਾ, ਮੈਂ ਫੈਸਲਾ ਕੀਤਾ ਸੀ ਗੁਰੂ ਦੀ ਗੋਲਕ ਦੇ ਵਿੱਚੋਂ ਕੋਈ ਵੀ ਪੈਸਾ ਅਸੀਂ ਸੋਨੇ 'ਤੇ ਨਹੀਂ ਲਾਵਾਂਗੇ, ਔਰ ਨਾ ਲਗਾਇਆ। ਜੇ ਬੰਗਲਾ ਸਾਹਿਬ ਗੁਰਦੁਆਰੇ ਦਾ ਦਰਵਾਜ਼ਾ ਲੱਗਿਆ ਅਤੇ ਇੱਕ ਪਰਿਵਾਰ ਆ ਗਿਆ, ਅਸੀਂ ਸੋਨੇ ਦਾ ਦਰਵਾਜ਼ਾ ਲਗਾਉਣਾ ਚਾਹੁੰਦੇ ਹਾਂ, ਮੈਂ ਬਹੁਤ ਪ੍ਰੇਰਿਆ ਉਹਨਾਂ ਨੂੰ ਕਿ ਐਜੂਕੇਸ਼ਨ ਵਾਸਤੇ ਦੇ ਦਿੱਤਾ ਜਾਵੇ, ਕਰੋੜਾਂ ਰੁਪਏ ਦਾ ਬਣੇਗਾ। ਲੇਕਿਨ ਉਹਨਾਂ ਦੀ ਸ਼ਰਧਾ ਸੀ ਕਿ ਨਹੀਂ, ਅਸੀਂ ਇਸ ਤੋਂ ਇਲਾਵਾ ਹੋਰ ਨਹੀਂ ਦੇਣਾ, ਅਸੀਂ ਐਜੂਕੇਸ਼ਨ ਲਈ ਅਲੱਗ ਦੇ ਦਿਆਂਗੇ, ਪਰ ਇਹ ਜ਼ਰੂਰ ਕਰਾਂਗੇ। ਮੈਂ ਸਮਝਦਾ ਵਾਂ ਕਿ ਇਸ ਗੱਲ ਦੇ ਉੱਤੇ ਵੀ ਦੋਵੇਂ ਗੱਲਾਂ, ਇੱਕ ਤਾਂ ਨਗਰ ਕੀਰਤਨ ਇੱਕ ਕਰ ਲੈਣ, ਬਹੁਤ ਵਧੀਆ ਗੱਲ ਹੈ, ਪਾਲਕੀ ਸਾਹਿਬ ਨਾ ਲਿਜਾਣ ਠੀਕ ਹੈ, ਅਗਰ ਲਿਜਾਣੀ ਚਾਹੁੰਦੇ ਨੇ ਤਾਂ ਇੱਕ ਲੈ ਜਾਣ, ਮੈਂ ਸਮਝਦਾ ਵਾਂ ਉਹ ਬਿਹਤਰ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।